मानसा दे सरकारी होस्टल च मां अते बच्चे दी मौत होण दा मामला सामने आया है। परिवार ने दोष लगाया है कि डॉक्टरां ने वीडियो कॉन्फ्रेंसिंग राही डिलीवरी करवाउण दी कोशिश कीती, जिस कारण मां अते बच्चे दोवां दी मौत हो गई। पंजाब दे सरकारी हस्पताल हमेशा सुर्खियां च रहिंदे हन। अज फिर मानसा दे सरकारी जच्चा बच्चा हस्पताल च जणेपे लई आई औरत अते बच्चे दी मौत होण दा मामला सामने आया है, जिस कारण परिवार ने डॉक्टर ते लाए दोष अते हस्पताल दा पद्धर दस्या जा रहा है कि ਉਹਨਾਂ ਨੇ ਸਹੀ ਇਲਾਜ ਨਹੀਂ ਕੀਤਾ ਅਤੇ ਡਾਕਟਰ ਵੀਡੀਓ ਕਾਲ ਰਾਹੀਂ ਡਿਲੀਵਰੀ ਕਰਵਾ ਰਹੇ ਸਨ। ਜਦੋਂ ਮਾਂ ਅਤੇ ਬੱਚੇ ਦੀ ਮੌਤ ਹੋ ਜਾਵੇਗੀ, ਪਰਿਵਾਰਕ ਮੈਂਬਰਾਂ ਨੇ ਸਰਕਾਰੀ ਹਸਪਤਾਲ ਤੋਂ ਡਰਦੇ ਹੋਏ ਕਾਰਵਾਈ ਦੀ ਮੰਗ ਕੀਤੀ ਹੈ। ਹੁਣ ਜਦੋਂ ਸਾਨੂੰ ਪਤਾ ਲੱਗਿਆ ਕਿ ਅਤਲਾ ਕਲਾਂ ਦੇ ਇੱਕ ਦਲਿਤ ਪਰਿਵਾਰ ਦੀ ਔਰਤ ਰਾਤ ਡਿਲੀਵਰੀ ਵਾਸਤੇ ਆਈ ਸੀ ਹਸਪਤਾਲ ਦੇ ਵਿੱਚ, ਰਾਤ 12:30 ਵਜੇ ਇਹ ਪਹੁੰਚ ਚੁੱਕੇ ਸੀ ਪਰਿਵਾਰ ਔਰਤ ਨੂੰ ਲੈ ਕੇ। ਉਦੋਂ ਤੋਂ ਲੈ ਕੇ ਸਵੇਰ ਦੇ ਦਿਨ ਦੇ 1 ਵਜੇ ਤੱਕ ਉਹ ਔਰਤ ਔਖੀ ਹੋ ਰਹੀ ਸੀ, ਡਿਲੀਵਰੀ ਨਹੀਂ ਹੋ ਰਹੀ ਸੀ। ਇਸ ਪਰਿਵਾਰ ਦੇ ਦੱਸਣ ਦੇ ਮੁਤਾਬਕ ਇਹਨਾਂ ਨੇ ਕਿਹਾ ਕਿ ਸਾਡੀ ਔਰਤ ਤਕਲੀਫ 'ਚ ਹੈ, ਬੱਚੇ ਦਾ ਨੁਕਸਾਨ ਨਾ ਹੋ ਜਾਵੇ, ਔਰਤ ਦਾ ਨੁਕਸਾਨ ਨਾ ਹੋ ਜਾਵੇ, ਜੇ ਨੋਰਮਲ ਡਿਲੀਵਰੀ ਨਹੀਂ ਹੁੰਦੀ ਤਾਂ ਇਹਦਾ ਆਪਰੇਸ਼ਨ ਕੀਤਾ ਜਾਵੇ। ਤਾਂ ਇਸ ਪਰਿਵਾਰ ਦੇ ਦੱਸਣ ਦੇ ਮੁਤਾਬਕ ਜਿਹੜੇ ਡਾਕਟਰਾਂ ਦੀ ਡਿਊਟੀ ਸੀ ਉਹਨਾਂ ਨੇ ਇਹਨਾਂ ਨੂੰ ਪੁੱਠਾ ਸਿੱਧਾ ਵੀ ਬੋਲਿਆ ਅਤੇ ਆਪਰੇਸ਼ਨ ਕਰਨ ਦੀ ਥਾਂ ਜਾਂ ਛੁੱਟੀ ਦੇਣ ਦੀ ਥਾਂ ਤੇ ਰੈਫਰ ਕਰਨ ਦੀ ਥਾਂ ਤੇ ਉਲਟਾ ਇਹਨਾਂ ਨਾਲ ਮਤਲਬ ਕਿ ਮਿਸਬਿਹੇਵ ਵੀ ਇਹਨਾਂ ਨੇ ਕੀਤਾ ਗਾ ਸਟਾਫ ਨੇ, ਤੇ ਜਿਹਦੇ ਕਾਰਨ ਪੂਰਾ ਸਟਾਫ ਔਰ ਸੰਬੰਧਿਤ ਜਿਹੜੇ ਡਾਕਟਰ ਸੀ ਉਸ ਸਮੇਂ ਤੇ ਇਸ ਮਰੀਜ਼ ਨੂੰ ਦੇਖ ਰਹੇ ਸੀ, ਉਹਨਾਂ ਦੀ ਅਣਗਹਿਲੀ ਦੇ ਨਾਲ ਦਿਨੇ 1 ਵਜੇ ਉਸ ਔਰਤ ਦੀ ਤੇ ਬੱਚੇ ਦੀ ਮੌਤ ਹੋ ਚੁੱਕੀ ਹੈ। ਪੂਰਾ ਪਰਿਵਾਰ ਤੇ ਪਿੰਡ ਦੇ ਲੋਕ, ਹੋਰ ਜਥੇਬੰਦੀਆਂ ਦੇ ਲੋਕ ਵੀ ਇੱਥੇ ਨੇ। ਅਸੀਂ ਮਜ਼ਦੂਰ ਮੁਕਤੀ ਮੋਰਚੇ ਵੱਲੋਂ ਮੰਗ ਕਰਦੇ ਹਾਂ ਕਿ ਜਿਹੜੇ ਸੰਬੰਧਿਤ ਡਾਕਟਰ ਹੈ ਜਿਹਦੀ ਡਿਊਟੀ ਸੀ, ਹੁਣ ਸਾਨੂੰ ਇੱਥੇ ਪਤਾ ਲੱਗਿਆ ਕਿ ਡਾਕਟਰ ਨੇ ਇਹਨਾਂ ਪਰਿਵਾਰ ਨੂੰ ਦੱਸ ਰਹੀ ਹੈ ਵੀ ਮੈਂ ਆਨਲਾਈਨ ਸਟਾਫ ਨਾਲ ਸੀ, ਆਨਲਾਈਨ ਕਦੇ ਡਿਲੀਵਰੀਆਂ ਹੁੰਦੀਆਂ ਨੇ, ਆਨਲਾਈਨ ਕਦੇ ਇਲਾਜ ਹੁੰਦੇ ਨੇ ਜਾਂ ਆਨਲਾਈਨ ਕੋਈ ਆਪਰੇਸ਼ਨ ਹੁੰਦੇ ਨੇ, ਆਨਲਾਈਨ ਇਲਾਜ ਹੁੰਦੇ ਨੇ। ਇਹ ਪਹਿਲੀ ਵਾਰ ਮਾਨਸਾ ਦੇ ਵਿੱਚ ਅਸੀਂ ਸੁਣਿਆ ਕਿ ਮਤਲਬ ਕਿ ਡਾਕਟਰ ਆਨਲਾਈਨ ਇਲਾਜ ਕਰ ਰਹੇ ਨੇ, ਡਿਲੀਵਰੀਆਂ ਕਰ ਰਹੇ ਨੇ। ਇਸ ਲਈ ਸਾਡੀ ਸਖਤ ਸ਼ਬਦਾਂ ਦੇ ਵਿੱਚ ਮੰਗ ਹੈ ਪ੍ਰਸ਼ਾਸਨ ਤੋਂ, ਖਾਸ ਤੌਰ 'ਤੇ ਪੁਲਿਸ ਪ੍ਰਸ਼ਾਸਨ ਤੋਂ, ਜਿਹੜਾ ਵੀ ਸੰਬੰਧਿਤ ਡਾਕਟਰ ਹੈ ਦੋਸ਼ੀ ਹੈ ਉਹਦੇ ਖਿਲਾਫ਼ ਕਤਲ ਦਾ ਪਰਚਾ ਦਰਜ ਹੋਣਾ ਚਾਹੀਦਾ। ਔਰ ਦੂਹਰਾ ਕਤਲ ਕੀਤਾ ਗਾ, ਇੱਕ ਬੱਚੇ ਦਾ ਕਤਲ ਹੋਇਆ, ਇੱਕ ਬੱਚੇ ਦੇ ਮਾਂ ਦਾ ਕਤਲ ਹੋਇਆ। ਇਹ ਅਸੀਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਮੰਗ ਕਰਦੇ। ਡਾਕਟਰ ਨੇ ਕੀ ਕਿਹਾ ਕਿ ਤੁਸੀਂ ਅਸੀਂ ਰਾਤ 12:30 ਇੱਥੇ ਆ ਗਏ ਸੀ ਜੀ, ਅਤੇ ਇਦੂ ਬਾਅਦ ਸਟਾਫ ਨੇ ਸਾਨੂੰ ਇਹ ਗੱਲ ਆਖੀ ਵੀ ਨੋਰਮਲ ਡਿਲੀਵਰੀ ਹੋਊਗੀ ਜੀ, ਅਤੇ ਅਸੀਂ ਬਸ ਉਹਨਾਂ ਦੀਆਂ ਗੱਲਾਂ 'ਚ ਰਹੇ। ਉਹਨਾਂ ਨੇ ਪੂਰੀ ਰਾਤ ਤਾਂ ਸਾਡੀ ਪੂਰੀ ਵਧੀਆ ਲੰਘੀ ਜੀ, ਅਸੀਂ ਹੱਸ ਖੇਡ ਕੇ ਲੰਘਾਈ, ਮੇਰੇ ਵਾਈਫ ਸਾਡੇ ਨਾਲ ਵਧੀਆ ਬੋਲੀ ਚੱਲੀ ਗਏ। ਦਿਨ ਚੜ੍ਹਨ ਵੇਲੇ ਜਦੋਂ ਉਹਨਾਂ ਨੂੰ ਉੱਥੇ ਦਾਖਲ ਕੀਤਾ ਜੀ ਕਮਰੇ 'ਚ ਜਿੱਥੇ ਡਿਲੀਵਰੀ ਹੁੰਦੀ ਹੈ ਜੀ, ਉੱਥੇ ਜਾ ਕੇ ਉਹਨਾਂ ਨਾਲ ਪਤਾ ਨਹੀਂ ਕੀ ਕੀਤਾ ਕੀ ਨਹੀਂ ਕੀਤਾ ਜੀ। ਉਹਨਾਂ ਨੇ ਮੇਰੇ ਘਰਦਿਆਂ ਨੇ ਮੈਨੂੰ ਉੱਥੇ ਬੁਲਾ ਕੇ ਅੰਦਰ ਕਿਹਾ ਕਿ ਮੇਰਾ ਵੱਡਾ ਆਪਰੇਸ਼ਨ ਕਰਾ ਦਿਓ ਵੀ ਮੈਥੋਂ ਦਰਦ ਨਹੀਂ ਚੱਲਿਆ ਜਾਂਦਾ। ਫਿਰ ਇੱਕ ਮੈਥੋਂ ਕਈ ਫਾਰਮਾਂ 'ਤੇ ਸਾਈਨ ਵੀ ਕਰਵਾਏ ਗਏ ਨੇ ਜੀ। ਮੈਂ ਡਿਪਰੈਸ਼ਨ 'ਚ ਹੈਗਾ ਸੀ ਜੀ, ਮੈਨੂੰ ਪਤਾ ਨਹੀਂ ਲੱਗ ਰਿਹਾ ਸੀ ਵੀ ਕੀ ਹੋ ਰਿਹਾ ਕੀ ਨਾ। ਮੈਂ ਬਾਰ ਬਾਰ ਮੈਡੀਕਲ 'ਤੇ ਜਾ ਰਿਹਾ ਸੀ, ਅੰਦਰ ਆ ਰਿਹਾ ਸੀ, ਅਤੇ ਇੱਕ ਫਾਈਲ 'ਤੇ ਮੈਥੋਂ ਸਾਈਨ ਵੀ ਕਰਾਏ ਗਏ ਆ ਜੀ, ਖਾਲੀ ਫਾਈਲ ਸੀਗੀ। ਮੈਨੂੰ ਇਹ ਵੀ ਨਹੀਂ ਪਤਾ ਵੀ ਉਹ ਫਾਈਲ 'ਚ ਲਿਖਿਆ ਕੀ ਹੈ ਕੀ ਨਹੀਂ ਲਿਖਿਆ ਜੀ। ਤੁਸੀਂ ਹੁਣ ਪ੍ਰਸ਼ਾਸਨ ਤੋਂ ਕੀ ਮੰਗਦੇ ਹੋ? ਡਾਕਟਰ ਕਿਹੜਾ ਸੀਗਾ? ਡਾਕਟਰ ਜੀ ਬਲਜੀਤ ਕੌਰ ਆ ਜੀ, ਉਹਨਾਂ 'ਤੇ ਕਾਰਵਾਈ ਕੀਤੀ ਜਾਵੇ ਜੀ। ਜਦੋਂ ਜੀ ਅਸੀਂ ਪੰਚਾਇਤ ਵਾਲੇ ਗਏ ਹਾਂ ਜਿੰਦਰ ਸੀਨੀਅਰ ਡਾਕਟਰ ਨੇ ਕੋਲੇ, ਉਹ ਸਾਨੂੰ ਕਹਿ ਰਹੇ ਨੇ ਵੀ ਅਸੀਂ ਜਿਹੜੇ ਸਾਡਾ ਸਟਾਫ ਹੈ 2 ਨੰਬਰ ਦਾ, ਇਹਨਾਂ ਦੇ ਨਾਲ ਅਸੀਂ ਆਨਲਾਈਨ ਸੀ ਮੋਬਾਈਲ ਦੇ ਉੱਤੇ, ਵੀ ਇਹਨਾਂ ਨੂੰ ਇਹ ਪੁੱਛਿਆ ਜਾਵੇ ਜੀ ਵੀ ਡਰਾਈਵਰੀ ਕੇਸ ਕਿਤੇ ਆਨਲਾਈਨ ਹੁੰਦੇ ਨੇ, ਜਾਂ ਡਾਕਟਰ ਗਏ ਹਾਜ਼ਰ ਹੋਵੇ ਤਾਂ ਸਟਾਫ ਆਨਲਾਈਨ ਹੋ ਕੇ ਕੰਮ ਕਰੂਗਾ ਜੀ। ਕੋਈ ਡਾਕਟਰ ਦਾ ਨਾਮ ਪਤਾ? ਨਹੀਂ ਜੀ, ਨਾਮ ਬਾਰੇ ਨਹੀਂ ਪਤਾ, ਐਵੇਂ ਕਹਿ ਦਈਏ ਕੋਈ ਫਾਇਦਾ ਨਹੀਂ। ਪਰ ਇਹ ਪਰਿਵਾਰ ਨੂੰ ਜੀ ਇਨਸਾਫ ਮਿਲਣਾ ਚਾਹੀਦਾ, ਉਹਦੀ ਲਾਪਰਵਾਹੀ ਹੈ ਸਾਰੇ ਸਟਾਫ ਦੀ, ਸੀਨੀਅਰ ਡਾਕਟਰ ਦੀ ਬਿਲਕੁਲ ਲਾਪਰਵਾਹੀ ਹੈ। ਦੇਖੋ ਮੈਂ ਆਇਆ ਇਸ ਮੌਕੇ 'ਤੇ, ਬਹੁਤ ਦੁਖਦਾਈ ਘਟਨਾ ਹੈ ਇਹ ਕਿ ਬੱਚਾ ਵੀ ਕਿਸੇ ਕਾਰਨ ਡੈਥ ਹੋ ਗਈ ਹੈ, ਮਦਰ ਦੀ ਵੀ ਡੈਥ ਹੋ ਗਈ ਹੈ, ਅਤੇ ਇਸ ਦੀ ਇਨਕੁਆਇਰੀ ਅਸੀਂ ਕਰ ਰਹੇ ਹਾਂ, ਫਾਈਲ ਵੀ ਦੇਖ ਰਹੇ ਹਾਂ, ਜਿਹੜਾ ਔਨ ਸਟਾਫ ਡਿਊਟੀ ਹੈ ਉਹਦੀ ਵੀ ਅਸੀਂ ਜ਼ਰੂਰ ਪੂਰਾ ਬੁਲਾ ਕੇ ਉਹਨਾਂ ਨੂੰ ਪੁੱਛਿਆ ਜਾਊਗਾ। ਜਿੱਦ ਤੱਕ ਉਹਨਾਂ ਦੀ ਕਸੂਰ ਦੀ ਗੱਲ ਹੈ, ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਕਿਸੇ ਵੀ ਤਰੀਕੇ ਨਾਲ। ਸਰ ਕਿਹੜੇ ਡਾਕਟਰ ਸੀਗੇ? ਇਹ ਔਨ ਡਿਊਟੀ ਡਾਕਟਰ ਸੀਗੇ, ਡਾਕਟਰ ਬਲਜੀਤ ਨੇ।
ਅਤੇ ਸਾਡੀ ਸਟਾਫ ਹੈਗੀ ਆ ਵੀਰਪਾਲ ਦਾ ਮੇਨ ਇਹਨਾਂ ਦੀ ਜਿਹੜੀ ਕੰਪਲੇਂਟ ਹੈ ਵੀਰਪਾਲ ਸਟਾਫ ਤੋਂ ਉਹਨੂੰ ਅਸੀਂ ਮੈਡਮ ਆ ਜਾਣਗੇ ਸਾਡੇ ਐਸ ਐਮ ਓ ਇੰਚਾਰਜ ਨੇ ਇਨੀਸ਼ੀਏਟ ਕਰ ਦਿਆਂਗੇ ਅਸੀਂ ਡਾਕਟਰ ਸਾਹਿਬ ਔਨਲਾਈਨ ਡਿਲੀਵਰੀ ਵਿੱਚ ਹੋ ਸਕਦੀ ਹੈ ਨਹੀਂ ਨਹੀਂ ਔਨਲਾਈਨ ਕਿਉਂ ਹੋਊਗੀ ਅਗਰ ਡਾਕਟਰ ਨੇ ਔਨਲਾਈਨ ਕਹਿ ਕੇ ਨਹੀਂ 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 ਕਿਉਂ ਕੌਣ ਕਹਿੰਦਾ ਨਹੀਂ ਇਸ ਤਰ੍ਹਾਂ ਦਾ ਕੁਛ ਨਹੀਂ ਅਜੇ ਸਾਹਮਣੇ ਆਇਆ ਘਰ ਵਾਲਿਆਂ ਨੇ ਦੋਸ਼ ਲਾਇਆ ਵੀ ਔਨਲਾਈਨ ਡਿਲੀਵਰੀ ਕਰਵਾ ਰਹੀ ਸੀ ਡਾਕਟਰ ਨਹੀਂ 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 ਇਸ ਤਰ੍ਹਾਂ ਦੀ ਸਾਡੇ ਮੈਡੀਕਲ ਸਾਇੰਸ 'ਚ ਨਹੀਂ ਹੁੰਦੀ ਹੈ